ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਲੱਗੇ ਹਾਂ ਜੀ ਗੱਲਬਾਤ ਕਰਨ ਹੰਕਾਰ ਬਾਰੇ। ਇਹ ਹੰਕਾਰ ਕਿਹਨੂੰ ਕਹਿੰਦੇ ਨੇ, ਕੀ ਚੀਜ਼ ਹੈ ਹੰਕਾਰ, ਅਸੀਂ ਕਿਉਂ ਇਸ ਚੀਜ਼ ਨੂੰ ਅਪਣਾ ਕੇ ਚੱਲਦੇ ਹਾਂ, ਸਾਡਾ ਕੀ ਹੈ ਇੱਥੇ, ਅਸੀਂ ਕਿਹੜੀ ਚੀਜ਼ ਦਾ ਹੰਕਾਰ ਕਰਦੇ ਹਾਂ ਜਿਹੜੀ ਬੰਦੇ ਦੀ ਹੈ। ਮੈਂ ਜੀ ਬਸ ਕੱਲ੍ਹ ਦੋ ਭੈਣਾਂ ਨਾਲ ਗੱਲਬਾਤ ਹੋ ਗਈ, ਇੱਕ ਨੇ ਉਹ ਬਹੁਤ ਭਾਵਕ ਜੀਆਂ ਹੋਈਆਂ ਹੋਈਆਂ, ਤਾਂ ਕਹਿੰਦੀਆਂ ਭੈਣ ਵੀ ਸਾਡੀ ਗੱਲ ਜ਼ਰੂਰ ਰੱਖੀ ਤੂੰ, ਕਿੱਥੋਂ ਅਸੀਂ ਹੰਕਾਰੀ ਹੁੰਦੇ ਹਾਂ। ਹੰਕਾਰੀ ਆਪਾਂ ਇੱਥੋਂ ਹੋ ਜਾਂਦੇ ਹਾਂ ਬਈ ਜਦੋਂ ਆਪਾਂ ਦੋ ਚਾਰ ਭੈਣ ਭਾਈ ਰਹਿੰਦੇ ਹੁੰਦੇ ਹਾਂ ਇਕੱਠੇ, ਕਹਿੰਦੇ ਹਾਂ ਜੰਮੇ ਤਾਂ ਇੱਕੋ ਢਿੱਡੋਂ ਹੁੰਦੇ ਨੇ, ਕਿਸੇ ਨੂੰ ਮਾੜਾ ਮੋਟਾ ਜ਼ਿੰਦਗੀ 'ਚ ਤਰਾਅ ਚੜਾ ਹੁੰਦਾ ਹੈ, ਕਿਸੇ ਦਾ ਕੰਮ ਵਧੀਆ ਹੁੰਦਾ ਹੈ, ਕਿਸਮਤ ਆਪਣੋ ਆਪਣੀ ਹੁੰਦੀ ਹੈ ਨਾ, ਤਾਂ ਜਦੋਂ ਅਸੀਂ ਇਹ ਚੀਜ਼ ਦਾ ਮਾਣ ਕਰ ਲੈਂਦੇ ਹਾਂ ਵੀ ਸਾਡੇ ਕੋਲ ਤਾਂ ਜੀ ਬਹੁਤ ਕੁਛ ਹੈ, ਅਸੀਂ ਕਿਹਦੇ ਲੈਣਦੇ ਹਾਂ, ਅਸੀਂ ਕਿਹਨੂੰ ਸਿਆਣਦੇ ਹਾਂ, ਜਾਣੀ ਹਰ ਇੱਕ ਨੂੰ ਟਿੱਚ ਜੇ ਸਮਝਣ ਲੱਗ ਜਾਣਾ, ਬੰਦੇ ਨੂੰ ਚਾਰ ਛਿੱਲੜੇ ਚੱਕੀ ਫਿਰੀ ਜਾਂਦੇ ਨੇ, ਬਸ ਉਹੀ ਨਹੀਂ ਟਿਕਣ ਦਿੰਦੇ, ਹਰਦਮ ਆਪਣੀ ਮੈਂ ਜੀ 'ਚ ਰਹਿਣਾ, ਇਹਨੂੰ ਆਪਾਂ ਹੰਕਾਰ ਕਹਿ ਦਿੰਦੇ ਹਾਂ। ਹੋਰ ਹੰਕਾਰ 'ਚ ਕੁਛ ਨਹੀਂ ਰੱਖਿਆ। ਜੇ ਅਸੀਂ ਸਹਿਜਤਾ 'ਚ ਰਹੀਏ, ਮਹਾਰਾਜ ਦੀਆਂ ਦਾਤਾਂ ਸਮਝ ਕੇ ਉਹਨਾਂ ਨੂੰ ਵਰਤੀਏ, ਫਿਰ ਅਸੀਂ ਨਿਮਾਣੇ ਹੋ ਕੇ ਰਹਿੰਦੇ ਹਾਂ। ਚਲੋ ਕੋਈ ਨਹੀਂ, ਮਾਣ ਹੁੰਦਾ ਹਰੇਕ ਨੂੰ ਆਪਣੀ ਕਰੀ ਕਮਾਈ 'ਤੇ ਮਾਣ ਹੁੰਦਾ, ਪਰ ਕਮਾਈਆਂ ਵੀ ਅਸੀਂ ਜਦੋਂ ਹੀ ਕਰ ਸਕਦੇ ਹਾਂ ਜਾਂ ਉਹਦੀ ਨਿਗਾਹ ਸਿੱਧੀ ਆ, ਦੌਲਤਾਂ ਸ਼ੌਹਰਤਾਂ ਵੀ ਸਾਡੇ ਕੋਲ ਜਦੇ ਆਉਂਦੀਆਂ ਜਾਂ ਉਹਦੀ ਨਿਗਾਹ ਸਿੱਧੀ ਆ, ਠੀਕ ਹੈ, ਸਭ ਕੁਛ ਉਹਦਾ, ਕੁਛ ਨਹੀਂ ਸਾਡਾ, ਹਿੰਮਤਾਂ ਵੀ ਉਹੀ ਦਿੰਦਾ, ਥੱਲੇ ਵੀ ਉਹੀ ਤਾਰਦਾ, ਫਰਸ਼ਾਂ ਤੋਂ ਅਰਸ਼ਾਂ 'ਚ ਵੀ ਉਹੀ ਕਰਦਾ, ਸਭ ਉਹੀ ਉਹੀ ਹੈ, ਪਰਮਾਤਮਾ ਹੀ ਪਰਮਾਤਮਾ, ਕੁਛ ਨਹੀਂ ਸਾਡਾ, ਨਾ ਅਸੀਂ ਭੁੰਜੇ ਗਿਰ ਸਕਦੇ ਹਾਂ, ਨਾ ਅਸੀਂ ਅੰਬਰੀ ਚੜ੍ਹ ਸਕਦੇ ਹਾਂ, ਸਭ ਉਹਦੀ ਕਿਰਪਾ ਹੈ। ਜਦੋਂ ਇੱਕ ਭੈਣ ਭਾਈ ਕੋਲ ਕਹਿੰਦੇ ਹਾਂ ਚਾਰ ਡਲੇ ਲਾ ਲਓ, ਚਾਰ ਛਿੱਲੜ ਲਾ ਲਓ, ਵੱਧ ਆ ਜਾਂਦੇ ਹਾਂ, ਉਹ ਫਿਰ ਮਾਹਾਂ ਦੇ ਆਟੇ ਵਾਂਗੂ ਆਕੜ ਕੇ ਚੱਲਦਾ ਵੀ ਹਮੇ ਕਿਸੇ ਕੇ ਲੈਣੇ ਕੇ ਨਹੀਂ ਹੈ, ਬਈ ਅਸੀਂ ਤਾਂ ਸਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਇਹ ਵਿਹਲੇ ਭੁਲੇਖੇ ਨੇ ਜੀ, ਮਿੰਟ 'ਚ ਮਰੋੜ ਕੇ ਬੰਦੇ ਨੂੰ ਮੁੱਠੀ 'ਚ ਆਉਣ ਜੋਗਾ ਕਰ ਦਿੰਦਾ ਉਹ। ਮੈਂ ਤਾਂ ਇਸ ਚੀਜ਼ਾਂ ਨੂੰ ਬਿਲਕੁਲ ਨਹੀਂ ਮੰਨਦੀ ਹੈਗੀ, ਬਿਲਕੁਲ ਵੀ ਨਹੀਂ ਮੰਨਦੀ ਹੈਗੀ, ਕਿਉਂਕਿ ਜਿਹੜੇ ਇਨਸਾਨ ਨੇ ਜ਼ਿੰਦਗੀ 'ਚ ਦੁੱਖ ਤਕਲੀਫਾਂ, ਜ਼ਿੰਦਗੀ 'ਚ ਤਰਾਅ ਚੜਾ ਸਭ ਹੰਢਾਏ ਹੁੰਦੇ ਆ, ਉਹ ਬੰਦੇ ਲਈ ਇਹ ਗੱਲਾਂ ਟਿੱਚ ਹੁੰਦੀਆਂ ਨੇ, ਅਸੀਂ ਨਹੀਂ ਇਹਨਾਂ ਗੱਲਾਂ ਨੂੰ ਸਮਝਦੇ ਹੈਗੇ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸੱਚੇ ਪਾਤਸ਼ਾਹ ਸਭ ਤੋਂ ਬੜੀ ਹੈ ਜੀਆਂ ਦੀ ਤੰਦਰੁਸਤੀ, ਉਹ ਸਾਡੀ ਅਮੀਰੀ ਹੈ, ਸਾਡੀ ਔਲਾਦ ਸਾਡੀ ਅਮੀਰੀ ਹੈ, ਉਹਨੂੰ ਮੱਤ ਬੁੱਧੀ ਬਖਸ਼ੀ ਸੱਚੇ ਪਾਤਸ਼ਾਹ, ਇਹ ਸਭ ਤੋਂ ਬੜੀ ਅਮੀਰੀ ਹੈ। ਮੈਂ ਤਾਂ ਕਹਿੰਦੀ ਹਾਂ ਵੀ ਗੁਰਦੁਆਰੇ ਜਾ ਕੇ ਨੋਟ ਮੰਗਣ ਨਾਲੋਂ, ਗੱਡੀਆਂ ਮੰਗਣ ਨਾਲੋਂ ਪਰਮਾਤਮਾ ਤੋਂ ਤੰਦਰੁਸਤੀ ਅਤੇ ਮੱਤ ਬੁੱਧੀ ਬਖਸ਼ ਮੰਗਿਆ ਕਰੋ। ਜਿਹਦੇ ਕੋਲ ਇਹ ਦੌਲਤਾਂ ਨੇ ਨਾ, ਉਹਨੂੰ ਕਾਸੇ ਦੀ ਲੋੜ ਨਹੀਂ ਹੈਗੀ, ਜੋ ਸਾਡੇ ਕਰਮਾਂ 'ਚ ਹੈਗਾ ਉਹ ਸਾਨੂੰ ਹਰ ਹਾਲਤ ਮਿਲ ਜਾਣਾ, ਅੱਜ ਨਹੀਂ ਕੱਲ੍ਹ ਨੂੰ। ਉਹ ਭੈਣ ਨੇ ਵਿਚਾਰੀ ਨੇ ਰੋ ਰੋ ਕੇ ਆਪਣਾ ਫੋਹ ਤੜਾ ਲਿਆ ਗੱਲਾਂ ਕਰਦੀ ਕਰਦੀ ਨੇ, ਮੇਰਾ ਇੰਨਾ ਮਨ ਖਰਾਬ ਹੋਵੇ, ਮੈਂ ਕਿਹਾ ਵੀ ਮਨਾ, ਇਨਸਾਨ ਹੈ, ਇਨਸਾਨ ਦਾ ਵੈਰੀ ਹੋਇਆ ਹੋਇਆ। ਕਹਿੰਦੀ ਮੇਰੇ ਭਰਾਵਾਂ ਦਾ ਕੰਮ ਵਧੀਆ, ਬਈ ਮੈਨੂੰ ਤਾਂ ਉਹ ਸਮਝਦੇ ਹੀ ਨਹੀਂ ਹੈਗੇ। ਜਿਹੜੀਆਂ ਚੀਜ਼ਾਂ ਸਭ ਤੋਂ ਦੂਰ ਜਾਂਦੀਆਂ ਨੇ ਨਾ, ਭਾਵੇਂ ਕੋਈ ਉਹ ਸਾਡਾ ਰਿਸ਼ਤਾ ਹੈ, ਭਾਵੇਂ ਕੁਛ ਵੀ ਹੈ, ਉਹਨੂੰ ਉਸ ਲਾਈਨ 'ਚ ਖੜੀ ਕਰ ਦਿਆ ਕਰੋ ਵੀ ਜੇ ਇਹ ਜਹਾਨ 'ਤੇ ਹੁੰਦਾ ਹੀ ਨਾ ਫਿਰ ਨਾ ਸਰਦਾ। ਆਪ ਤੋਂ ਨੀਵੇਂ ਨੂੰ ਦੇਖ ਲਿਆ ਕਰੋ, ਕੋਈ ਲੋੜ ਨਹੀਂ ਆਪ ਤੋਂ ਉੱਚੇ ਨੂੰ ਦੇਖਣ ਦੀ, ਠੀਕ ਹੈ। ਉਹ ਕਹਿੰਦੇ ਹੁੰਦੇ ਆ ਵੀ ਜਿਹੜਾ ਵਾਲਾ ਉਹ ਉੱਪਰ ਨੂੰ ਮੂੰਹ ਕਰਕੇ ਥੁੱਕਦਾ, ਕਈ ਵਾਰ ਸਾਡੇ ਮੂੰਹ 'ਤੇ ਹੀ ਗਿਰ ਜਾਂਦਾ ਹੈ। ਕਦੇ ਵੀ ਇਹੋ ਜਿਹੇ ਲੋਕਾਂ ਦੀ ਪਨਾਹ ਆਪਣੀ ਜ਼ਿੰਦਗੀ 'ਚ ਵਧਣ ਨਾ ਦਿਆ ਕਰੋ, ਜਿਹੜੇ ਤੁਹਾਨੂੰ ਇੱਕ ਵਾਰ ਪਤਾ ਲੱਗ ਜਾਵੇ ਵੀ ਇਹ ਸਾਡੇ ਜੋਗੇ ਹੈ ਨਹੀਂ, ਠੀਕ ਹੈ। ਇਕੱਲੇ ਆਏ ਹਾਂ ਜੱਗ 'ਤੇ, ਇਕੱਲੇ ਹੀ ਆਪਾਂ ਜਾਣਾ,
ਦੋ ਹੱਥ ਪਰਮਾਤਮਾ ਨੇ ਸਭ ਨੂੰ ਇਹ ਦਿੱਤੇ ਨੇ, ਜਿੰਨਾ ਚਿਰ ਇਹ ਦੋ ਹੱਥ ਆਪਣੇ ਨਾਲ ਹੈ, ਆਪਣੇ ਸਵਾਸ ਚੱਲਦੇ ਆ, ਉਨਾ ਚਿਰ ਕੋਈ ਭੁੱਖਾ ਨਹੀਂ ਮਰਦਾ। ਜਿਹਦੇ ਕੋਲ ਜ਼ਿਆਦਾ ਹੈਗਾ ਉਹਨੂੰ ਉਹਦਾ ਭਾਅ ਏ, ਉਹ ਵੰਡਦਾ ਨਹੀਂ ਫਿਰਦਾ ਕਿਸੇ ਨੂੰ, ਕੋਈ ਕਿਸੇ ਨੂੰ ਨਹੀਂ ਕੁਛ ਵੀ ਦਿੰਦਾ ਫਿਰਦਾ, ਸਭ ਨੂੰ ਆਪਣੇ ਆਪਣੇ ਦੋ ਛਿੱਲੜਾਂ ਦਾ ਆਪਣੇ ਆਪਣੇ ਘਰਾਂ 'ਚ ਭਾਅ ਹੋਊਗਾ। ਆਪਾਂ ਐਵੇਂ ਕਿਸੇ ਦੀ ਧੌਂਸ ਥੱਲੇ ਆਉਂਦੇ ਫਿਰੀਏ, ਕੋਈ ਲੋੜ ਨਹੀਂ ਹੈਗੀ। ਡਰਨਾ ਹੈ ਤਾਂ ਸਿਰਫ ਵਾਹਿਗੁਰੂ ਤੋਂ ਡਰੋ, ਬੰਦੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ, ਭਾਵੇਂ ਉਹ ਕੋਈ ਸਾਡਾ ਭੈਣ ਭਾਈ ਹੋਵੇ। ਜਦ ਅਸੀਂ ਸਹੀ ਹਾਂ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ, ਜਹਾਨ 'ਤੇ ਕਿਸੇ ਰਿਸ਼ਤੇ ਦਾ ਡਰ ਨਹੀਂ ਹੈਗਾ ਜਦ ਅਸੀਂ ਸਹੀ ਹਾਂ। ਜਿਹੜਾ ਬੰਦਾ ਗਲਤ ਹੁੰਦਾ, ਕਾਣਾ ਹੁੰਦਾ, ਬੇਈਮਾਨ ਹੁੰਦਾ, ਝੂਠਾ ਹੁੰਦਾ, ਉਹਨੂੰ ਡਰ ਖਾਊ ਕਿਸੇ ਦਾ? ਸਹੀ ਬੰਦੇ ਨੂੰ ਕਿਸੇ ਦਾ ਡਰ ਨਹੀਂ ਹੈਗਾ। ਡਰਨਾ ਤਾਂ ਵਾਹਿਗੁਰੂ ਤੋਂ ਡਰੋ ਬਸ, ਉਹਦੇ ਮੂਹਰੇ ਕਾਣੇ ਨਾ ਹੋਵੋ, ਉਹ ਨਾ ਸਾਡੇ 'ਤੇ ਉਂਗਲੀ ਚੱਕੇ। ਮੈਂ ਤਾਂ ਭੈਣ ਦੀਆਂ ਗੱਲਾਂ ਸੁਣ ਸੁਣ ਕੇ, ਚਲੋ ਕਈ ਗੱਲਾਂ ਹੁੰਦੀਆਂ ਨਹੀਂ ਦੱਸਣ ਵਾਲੀਆਂ ਹੁੰਦੀਆਂ, ਸੁਣ ਸੁਣ ਕੇ ਮੈਂ ਤਾਂ ਹੈਰਾਨ ਰਹਿ ਗਈ। ਮੈਂ ਕਿਹਾ ਵੀ ਚਿਹਰਾ ਉਹਦਾ ਕਿੰਨਾ, ਉਹ ਕਿਸੇ ਗੱਲ ਤੋਂ ਮੈਂ ਥੋੜ੍ਹਾ ਜਿਹਾ ਵਿਚਾਰੀ ਉਹਦਾ ਮਨ ਬਦਲਿਆ, ਹੱਸੀ ਉਹ ਖਿੜ ਖਿੜ ਕੇ। ਮੈਂ ਕਿਹਾ ਵੀ ਹੱਸਦੇ ਚਿਹਰਿਆਂ ਪਿੱਛੇ ਦੁੱਖ ਪਤਾ ਨਹੀਂ ਕਿੰਨੇ ਨੇ। ਹਰੇਕ ਕਹਿੰਦਾ ਫਲਾਣਾ ਖੁਸ਼ ਫਿਰਦਾ, ਜਾਂ ਤਾਂ ਬਹੁਤ ਖੁਸ਼ ਹੈ, ਜਿਹਦੇ ਕੋਲ ਬਹੁਤ ਕੁਛ ਹੈ ਉਹ ਬੰਦਾ ਖੁਸ਼ ਹੈ। ਪਰ ਮੈਂ ਕਹਿੰਦੀ ਹਾਂ ਵੀ ਜਿਹੜੇ ਕੋਲ ਬਹੁਤ ਕੁਛ ਹੈ, ਨੀਂਦ ਦੀਆਂ ਗੋਲੀਆਂ ਲੈ ਕੇ ਪੈਂਦਾ ਹੋਊ, ਜਿੱਥੇ ਥਾਈਂ ਅੱਜ ਦੇ ਸਮੇਂ 'ਚ ਮੇਰੀ ਸੋਚ ਹੈ, ਕਲਯੁੱਗ ਦੇ ਸਮੇਂ 'ਚ। ਬਈ ਇਹ ਬੰਦਾ ਉਹ ਜ਼ਿਆਦਾ ਖੁਸ਼ ਹੈ ਜਿਹਨੇ ਰੱਬ ਦੇ ਭਾਣੇ ਨੂੰ ਮੰਨ ਲਿਆ, ਉਹ ਭਾਵੇਂ ਭਾਣਾ ਕਿਸੇ ਤਰ੍ਹਾਂ ਦਾ ਹੈ। ਠੀਕ ਹੈ, ਜੇ ਐਵੇਂ ਬੰਦਾ ਹਾਏ 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 ਕਰੀ ਜਾਵੇ ਉਹ ਵੀ ਚੰਗਾ ਨਹੀਂ ਹੈਗਾ। ਕੋਈ ਨਹੀਂ, ਚੱਲਣ ਦਿਓ ਜਿਵੇਂ ਚੱਲਦਾ। ਜੇ ਪਰਮਾਤਮਾ ਨੂੰ ਅਸੀਂ ਸਹੀ ਲੱਗੇ ਤਾਂ ਸਾਡਾ ਹੱਕ ਸਾਨੂੰ ਉਹਨੇ ਦੇ ਦੇਣਾ, ਅੱਜ ਨਹੀਂ ਤਾਂ ਕੱਲ੍ਹ। ਨਾ ਅਸੀਂ ਉਹਦੇ ਮੂਹਰੇ ਕਾਣੇ ਹੋਏ ਹਾਂ ਨਾ ਹੋਣਾ, ਬੰਦੇ ਨਾ ਅਸੀਂ ਕੱਲ੍ਹ ਸਿਆਣੇ ਹਾਂ ਨਾ ਅਸੀਂ ਅੱਜ ਸਿਆਣੇ ਹਾਂ, ਕਿਉਂਕਿ ਸਾਨੂੰ ਬੰਦਿਆਂ ਦੀ ਧੌਂਸੇ ਨਹੀਂ ਕੋਈ ਹੈਗੀ। ਅਸੀਂ ਪਰਮਾਤਮਾ ਨੂੰ ਮੂੰਹ ਦਿਖਾਉਣਾ ਹੈ, ਪਰਮਾਤਮਾ ਮੂਹਰੇ ਅਸੀਂ ਲੇਖੇ ਜੋਖੇ ਦੇਣੇ ਹੈ, ਅਸੀਂ ਪਰਮਾਤਮਾ ਮੂਹਰੇ ਹੀ ਸੱਚੇ ਰਹਿਣਾ ਬਸ, ਤੀ ਗੱਲ ਨਹੀਂ ਬਸ ਜੀ। ਆਹੀ ਗੱਲਾਂ ਕਰਨੀਆਂ ਤੀਆਂ। ਉਹ ਭੈਣ ਨੇ ਵਿਚਾਰੀ ਨੇ ਕਿਹਾ ਤਾਂ, ਕਹਿੰਦੀ ਭੈਣ ਜ਼ਰੂਰ ਮੇਰਾ ਦੁੱਖ ਭੋਲੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਇਹ ਤਾਂ ਆਮ ਗੱਲਾਂ ਹੈ, ਹਰ ਇੱਕ ਦੂਏ ਤੀਏ ਇਨਸਾਨ ਨਾਲ ਬੀਤਦੀਆਂ ਨੇ, ਕੋਈ ਉਹ ਬਚਿਆ ਇਹਨਾਂ ਤੋਂ। ਮੈਂ ਕੋਈ ਨਹੀਂ, ਟੈਨਸ਼ਨ ਨਹੀਂ ਲਈਦੀ ਹੁੰਦੀ, ਆਪਣਾ ਮਹਾਰਾਜ ਦੀ ਰਜ਼ਾ 'ਚ ਰਹੋ। ਚਲੋ ਠੀਕ ਹੈ ਜੀ, ਕਮੈਂਟਾਂ 'ਚ ਜ਼ਰੂਰ ਦੱਸਿਓ। ਮਹਾਰਾਜ ਸਭ ਨੂੰ ਤੰਦਰੁਸਤੀਆਂ ਬਖਸ਼ੇ, ਮਤ ਬੁੱਧੀ ਬਖਸ਼ੇ, ਚੜ੍ਹਦੀ ਕਲਾ 'ਚ ਰਹੋ ਸਾਰੇ ਭੈਣ ਭਾਈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।